ਪਹਿਲਾਂ ਛੋਟਾ ਜਿਹਾ ਹੁੰਦਾ ਇਹ ਅਫਤਾਬ ਸਿੰਘ, ਇਹ ਜਵਾਨ ਤੁਤਲੀ ਹੁੰਦੀ ਸੀ ਇਹਦੀ, ਸਾਨੂੰ ਉਮੀਦ ਨਹੀਂ ਸੀ ਹੈਗੀ ਵੀ ਗਾਏਗਾ ਸਾਨੂੰ, ਤਾਂ ਅਸੀਂ ਤਾਂ ਇਹ ਮਾਲਕ ਦਾ ਸ਼ੁਕਰ ਕਰਦੇ ਸੀ ਵੀ ਇਹ ਬੋਲਣੀ ਲੱਗ ਪਵੇ। ਫਿਰ ਜਦੋਂ ਸਾਨੂੰ ਪਤਾ ਲੱਗਾ ਕਿ ਆਫਤਾਬ ਗਾਏਗਾ, ਫਿਰ ਅਸੀਂ ਆਪਣਾ ਗਾਣਾ ਬੰਦ ਕਰਕੇ ਫਿਰ ਇਹਦਾ ਗਾਣਾ ਸ਼ੁਰੂ ਕਰ ਦਿੱਤਾ। ਵੀ ਹਰ ਇੱਕ ਬਿਮਾਰੀ ਦਾ ਇਲਾਜ ਹੋ ਜਾਂਦਾ, ਪਰ ਇਹ ਸੰਗੀਤ ਦਾ ਇਲਾਜ ਨਹੀਂ ਹੁੰਦਾ। ਸੰਗੀਤ ਨੂੰ ਪਿਆਰ ਕਰਨ ਵਾਲੇ, ਸੁਣਨ ਵਾਲੇ ਨੇ, ਉਹ ਬਸ ਇਹੀ ਸਾਨੂੰ ਕਹਿੰਦੇ ਨੇ ਕਿ ਜਿਹੜਾ ਤੁਸੀਂ 17-18 ਸਾਲ ਤੁਸੀਂ ਆਪ ਖੁਦ ਮਿਹਨਤ ਕਰਦੇ ਰਹੇ ਜੋ ਇਸ ਕੰਮ ਲਈ, ਗਾਣੇ ਵਜਾਉਣ ਲਈ ਮਿਹਨਤ ਕਰਦੇ ਹੋ, ਤੁਹਾਡੀ ਇਹ ਮਿਹਨਤ ਰੱਬ ਨੇ ਤੁਹਾਡੀ ਝੋਲੀ ਪਾਈ, ਬਸ ਇਸੇ ਕਰਕੇ ਬਰਦਾਸ਼ਤ ਕਰੀਦਾ, ਨਹੀਂ ਤਾਂ ਆਪ ਗਾਏ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਸਰਦਾਰ ਲੋਕ ਜਿੰਨੇ ਸਾਡੇ ਪਿੰਡਾਂ ਵਾਲੇ, ਇਹਨਾਂ ਦੀ ਸੁੱਖ ਮੰਗਣੇ ਕਿ ਇਹਨਾਂ ਦੇ ਘਰ ਮੁੰਡਾ ਹੋਵੇ ਅਤੇ ਸਾਨੂੰ ਵਧਾਈ ਮਿਲਦੀ ਹੈ। ਦੇਖੋ ਜੀ, ਮੈਂ ਉਮੀਦ ਕਰਦਾ ਕਿ ਮੈਂ ਆਪਣੇ ਪਿਤਾ ਜੀ ਦਾ ਜਲਦੀ ਜਲਦੀ ਕਰਜ਼ ਉਤਾਰਾਂ ਅਤੇ ਉਹਨਾਂ ਨੂੰ ਪੂਰੀ ਜ਼ਿੰਦਗੀ ਖੁਸ਼ੀ ਰੱਖਾਂ। ਸਾਨੂੰ ਇੱਕ ਪਲ ਚੈਨ ਨਾ ਆਵੇ, ਇੱਕ ਪਲ ਚੈਨ ਨਾ ਆਵੇ, ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ, ਸਾਡਾ ਕੱਲਿਆਂ ਜੀ ਨਹੀਂ ਉਹ ਲੱਗਣਾ, ਸਾਡਾ ਕੱਲਿਆਂ ਜੀ ਨਹੀਂ ਉਹ ਲੱਗਣਾ, ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ। ਕਹਿੰਦੇ ਨੇ ਮਿਹਨਤ ਪੌੜੀਆਂ ਵਾਂਗ ਹੁੰਦੀ ਹੈ ਅਤੇ ਕਿਸਮਤ ਲਿਫਟ ਵਾਂਗ ਹੁੰਦੀ ਹੈ। ਲਿਫਟ ਕਦੇ ਨਾ ਕਦੇ ਕਿਤੇ ਨਾ ਕਿਤੇ ਆ ਕੇ ਜ਼ਰੂਰ ਰੁਕ ਜਾਂਦੀ ਹੈ, ਪਰ ਜਿਹੜੀ ਮਿਹਨਤ ਹੁੰਦੀ ਹੈ, ਜਿਹੜੀ ਪੌੜੀਆਂ ਹੁੰਦੀਆਂ ਨੇ, ਉਹ ਉਚਾਈ ਦੇ ਰਸਤੇ ਲੈ ਕੇ ਜਾਂਦੀਆਂ ਨੇ। ਮਜਬੂਰੀਆਂ ਛੋਟੀ ਉਮਰ ਦੇ ਵਿੱਚ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਦਿੰਦੀਆਂ ਨੇ। ਇਸਦੀ ਬੜੀ ਸੋਹਣੀ ਉਦਾਹਰਣ ਲੈ ਕੇ ਅੱਜ ਅਸੀਂ ਆਏ ਹਾਂ, ਜਿੱਥੇ ਮਹਿਜ਼ 12 ਸਾਲ ਦਾ ਬੱਚਾ ਅਫਤਾਬ, ਜਿਸਨੇ ਆਪਣੀ ਆਵਾਜ਼ ਦਾ ਕੁਝ ਇਸ ਤਰ੍ਹਾਂ ਕਮਾਲ ਦਿਖਾਇਆ ਕਿ ਰਾਈਜ਼ਿੰਗ ਸਟਾਰ ਦਾ ਪਹਿਲਾ ਪੜਾ ਬੜੀ ਹੀ ਬਾਖੂਬੀ ਉਸਨੇ ਨਾ ਸਿਰਫ ਪਾਰ ਕੀਤਾ ਹੈ, ਜੱਜਿਸ ਨੂੰ ਆਪਣੀ ਆਵਾਜ਼ ਨਾਲ ਹੈਰਾਨ ਕਰ ਦਿੱਤਾ। ਅਫਤਾਬ ਇਸ ਵੇਲੇ ਸਾਡੇ ਨਾਲ ਮੌਜੂਦ ਹੈ, ਅਫਤਾਬ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ। ਅਫਤਾਬ, ਪਹਿਲਾ ਪੜਾ ਸੀ ਜਿਹੜਾ, ਸਤਿ ਸ਼੍ਰੀ ਅਕਾਲ, ਪਹਿਲਾ ਜਿਹੜਾ ਪੜਾ ਸੀਗਾ, ਤੁਸੀਂ 95% ਵੋਟਿੰਗ ਲੈ ਕੇ ਉਹ ਪੜਾ ਪਾਰ ਕਰ ਲਿਆ, ਜੱਜਿਸ ਤੁਹਾਡੀ ਆਵਾਜ਼ ਸੁਣ ਕੇ ਜਿਹੜੇ ਬੜੇ ਖੁਸ਼ ਹੋਏ ਸਨ, ਕਿਸ ਤਰ੍ਹਾਂ ਦਾ ਉਸ ਵੇਲੇ ਲੱਗਿਆ? ਸਭ ਤੋਂ ਪਹਿਲਾਂ ਜੀ ਮੈਂ ਜਨਤਾ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 95.4 ਵੋਟ ਦਿੱਤੇ, ਅਤੇ ਜੱਜਿਸ ਨੇ ਵੀ ਬਹੁਤ ਵਧੀਆ ਕਮੈਂਟ ਦਿੱਤੇ ਮੈਨੂੰ, ਅਤੇ ਮੈਨੂੰ ਰਾਈਜ਼ਿੰਗ ਸਟਾਰ ਦੇ ਵਿੱਚ ਜਾ ਕੇ ਬਹੁਤ ਹੀ ਅੱਛਾ ਲੱਗਾ। ਜੱਜਿਸ ਨੇ ਜਦੋਂ ਆਵਾਜ਼ ਸੁਣੀ ਤਾਂ ਉਹ ਹੈਰਾਨ ਹੋ ਗਏ ਕਿ ਇੱਕ 12 ਸਾਲ ਦਾ ਬੱਚਾ ਇੰਨੀ ਸੋਹਣੀ ਗਾਇਕੀ ਕਰ ਰਿਹਾ ਹੈ, ਅਤੇ ਉਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਸੀ ਕਿ ਆਪਣੇ ਪਿਤਾ ਤੋਂ ਗਾਇਕੀ ਸਿੱਖ ਕੇ ਆਇਆ। ਹਾਂਜੀ ਹਾਂਜੀ ਜੀ, ਮੈਂ ਜਦੋਂ 4 ਸਾਲ ਦਾ ਸੀ ਅਤੇ ਮੇਰੇ ਸ਼ੁਰੂ ਤੋਂ ਹੀ ਮੇਰੇ ਪਾਪਾ ਜੀ ਨੇ ਮੈਨੂੰ ਗਾਉਣ ਦੀ ਸ਼ਿਕਸ਼ਾ ਦਿੱਤੀ, ਅਤੇ ਹੁਣ ਵੀ ਦਿੰਦੇ ਆ ਰਹੇ ਨੇ, ਉਹਨਾਂ ਦਾ ਹੀ ਸਾਰਾ ਆਸ਼ੀਰਵਾਦ ਮੇਰੇ ਨਾਲ ਆ, ਅਤੇ ਮੇਰੇ ਪਿੰਡ ਦੀਪ ਸਿੰਘ ਵਾਲਾ ਜੀ ਦਾ ਵੀ ਮੇਰੇ ਉੱਤੇ ਬਹੁਤ ਹੱਥ ਆ, ਜਦੋਂ ਵੀ ਮੈਂ ਕਿਤੇ ਜਾਂਦਾ ਮੈਨੂੰ ਬਹੁਤ ਸਾਰਾ ਮੈਨੂੰ ਮਾਣ ਬਖਸ਼ਦੇ ਨੇ, ਮੇਰੀ ਮਦਦ ਕਰਦੇ ਨੇ, ਮੈਂ ਦੀਪ ਸਿੰਘ ਵਾਲਾ ਦਾ ਵੀ ਬਹੁਤ ਧੰਨਵਾਦੀ ਹਾਂ ਜੀ। ਅੱਜ ਤੋਂ ਕੁਝ ਸਾਲ ਪਹਿਲਾਂ ਤੁਸੀਂ ਮਸਜਿਦ ਦੇ ਵਿੱਚ ਰਹਿੰਦੇ ਸਨ, ਫਿਰ ਪਿਤਾ ਜੀ ਨੇ ਕਰਜ਼ ਚੁੱਕੇ ਮਕਾਨ ਲਿਆ ਅਤੇ ਹੁਣ ਇੱਥੇ ਰਹਿ ਰਹੇ ਹੋ, ਇਹ ਜ਼ਿੰਮੇਵਾਰੀਆਂ ਦਾ ਅਹਿਸਾਸ ਕਿਵੇਂ ਹੋਇਆ ਕਿ ਪਿਤਾ ਦਾ ਕਰਜ਼ ਤੁਸੀਂ ਉਤਾਰਨਾ? ਦੇਖੋ ਜੀ, ਮੈਂ ਉਮੀਦ ਕਰਦਾ ਕਿ ਮੈਂ ਆਪਣੇ ਪਿਤਾ ਜੀ ਦਾ ਜਲਦੀ ਜਲਦੀ ਕਰਜ਼ ਉਤਾਰਾਂ ਅਤੇ ਉਹਨਾਂ ਨੂੰ ਪੂਰੀ ਜ਼ਿੰਦਗੀ ਖੁਸ਼ੀ ਰੱਖਾਂ, ਆਪਣੀ ਪੂਰੀ ਫੈਮਿਲੀ ਨੂੰ ਖੁਸ਼ ਰੱਖਾਂ। ਇਸ ਉਮਰ ਦੇ ਵਿੱਚ ਬੜਾ ਘੱਟ ਦੇਖਣ ਨੂੰ ਮਿਲਦਾ ਕਿ ਇੰਨਾ ਛੋਟਾ ਬੱਚਾ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ, ਪਿਤਾ ਦਾ ਕਰਜ਼ ਉਤਾਰਨ ਦੀ ਗੱਲ ਕਰ ਰਿਹਾ, ਇੰਨਾ ਜ਼ਿੰਮੇਦਾਰ ਬੱਚਾ, ਕਿਸ ਤਰ੍ਹਾਂ ਇਸ ਨੂੰ ਤਿਆਰ ਕੀਤਾ? ਦੇਖੋ ਜੀ, ਇਹ ਸਤਿਗੁਰ ਦੀ ਕਿਰਪਾ ਵਾ, ਸਾਡਾ ਨਗਰ ਦੀਪ ਸਿੰਘ ਵਾਲਾ ਬੜਾ ਭਾਗਵਾਨ ਨਗਰ ਹੈ, ਬੜੀਆਂ ਗੁਰੂਆਂ ਪੀਰਾਂ ਦੀ ਕਿਰਪਾ ਹੈਗੀ ਸਾਡੇ ਇਸ ਪਿੰਡ 'ਤੇ, ਕਿ ਜਦੋਂ ਵੀ ਅਸੀਂ ਕਿਸੇ ਕੰਪੀਟੀਸ਼ਨ ਵਿੱਚ ਭਾਗ ਲੈਂਦਾ ਨਾ ਇਹ ਆਪਣਾ ਅਫਤਾਬ ਸਿੰਘ, ਅਤੇ ਨਗਰ ਸਾਰਾ ਹੀ ਸਾਡੇ ਨਾਲ ਹੱਥ ਫੜ ਕੇ ਸਾਡੇ ਨਾਲ ਚੱਲਦਾ, ਸਾਨੂੰ ਹਰ ਇੱਕ ਦੀ ਹਰ ਇੱਕ ਸਹੂਲਤ ਜਿਹੜੀ ਸਾਨੂੰ ਪ੍ਰਾਪਤ ਹੁੰਦੀ ਹੈ, ਅਤੇ ਅਸੀਂ ਜਨਤਾ ਨੂੰ ਹਰ ਇੱਕ ਜ਼ਿਲ੍ਹੇ ਸ਼ਹਿਰ ਤਾਂ ਅਸੀਂ ਇਹੋ ਹੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਪੋਰਟ, ਜਿਹੜਾ ਪਿਆਰ ਸਤਿਕਾਰ ਸਾਡਾ ਨਗਰ, ਸਾਡਾ ਸ਼ਹਿਰ, ਸਾਡਾ ਪੰਜਾਬ ਬਖਸ਼ ਰਿਹਾ ਵਾ, ਅਸੀਂ ਤਾਂ ਇਹ ਦੁਆ ਕਰਦੇ ਹਾਂ ਕਿ ਜਿੱਦਾਂ ਸਾਨੂੰ ਪਿਆਰ ਸਤਿਕਾਰ ਇੱਜ਼ਤ ਮਾਣ ਮਿਲ ਰਿਹਾ ਹੈ, ਅਕਾਲ ਪੁਰਖ ਕਿਰਪਾ ਕਰੇ ਅਤੇ ਹਰ ਇੱਕ ਨੂੰ ਇੱਦਾਂ ਹੀ ਸਤਿਕਾਰ ਮਿਲੇ। ਸਾਰੇ ਗਾਮਾ ਪਾ ਦੇ ਵਿੱਚ ਅਫਤਾਬ ਟੌਪ 5 ਦੇ ਵਿੱਚ ਸਿਲੈਕਟ ਹੋਏ ਸਨ, ਅਤੇ ਉਸ ਤੋਂ ਬਾਅਦ ਹੁਣ ਰਾਈਜ਼ਿੰਗ ਸਟਾਰ ਦੇ ਵਿੱਚ ਪਹਿਲਾ ਪੜਾ ਬੜੀ ਸੋਹਣੀ ਤਰ੍ਹਾਂ ਇਸਨੇ ਪਾਰ ਕੀਤਾ ਹੈ, ਇਹ ਕਿਸ ਤਰ੍ਹਾਂ ਤੁਸੀਂ ਇਸਨੂੰ ਸਿਖਾਇਆ ਹੈ, ਸੰਗੀਤ ਦੀ ਸ਼ਿਕਸ਼ਾ ਜਿਹੜੀ ਤੁਸੀਂ ਇਸਨੂੰ ਦਿੱਤੀ ਹੈ, ਕਿਸ ਤਰ੍ਹਾਂ ਦਿੱਤੀ ਹੈ, ਕਿਸ ਤਰ੍ਹਾਂ ਪੂਰੇ ਦਿਨ ਦੇ ਆਪਣੇ ਸ਼ਡਿਊਲ ਦੇ ਵਿੱਚ ਟਾਈਮ ਕੱਢਦੇ? ਜੀ, ਪਹਿਲਾਂ ਛੋਟਾ ਜਿਹਾ ਹੁੰਦਾ ਇਹ ਅਫਤਾਬ ਸਿੰਘ, ਇਹ ਜਵਾਨ
ਤੁਤਲੀ ਹੁੰਦੀ ਸੀ ਇਹਦੀ, ਸਾਨੂੰ ਉਮੀਦ ਨਹੀਂ ਸੀ ਹੈਗੀ ਵੀ ਗਾਏਗਾ ਸਾਨੂੰ, ਤਾਂ ਅਸੀਂ ਤਾਂ ਇਹ ਮਾਲਕ ਦਾ ਸ਼ੁਕਰ ਕਰਦੇ ਵੀ ਇਹ ਬੋਲਣ ਹੀ ਲੱਗ ਪਵੇ। ਫਿਰ ਇਹ ਸਤਿਗੁਰ ਦੀ ਕਿਰਪਾ ਹੋਈ ਹੈ, ਗੁਰੂ ਮਹਾਰਾਜ ਦੀ ਕਿਰਪਾ ਹੋਈ। ਫਿਰ ਜਦੋਂ ਛੋਟਾ ਜਿਹਾ ਗੁਣਗੁਣਾਉਣਾ ਇਹਨੇ ਸ਼ੁਰੂ ਕੀਤਾ, ਫਿਰ ਸਾਨੂੰ ਮਹਿਸੂਸ ਹੋਇਆ, ਫਿਰ ਅਸੀਂ ਪਹਿਲਾਂ ਆਪ ਗਾਉਂਦੇ ਸੀ, ਫਿਰ ਜਦੋਂ ਸਾਨੂੰ ਪਤਾ ਲੱਗਾ ਕਿ ਆਫਤਾਬ ਗਾਏਗਾ, ਫਿਰ ਅਸੀਂ ਆਪਣਾ ਗਾਣਾ ਬੰਦ ਕਰਕੇ ਫਿਰ ਇਹਦਾ ਗਾਣਾ ਸ਼ੁਰੂ ਕਰ ਦਿੱਤਾ ਵੀ ਚੱਲ ਬੇਟਾ ਗਾ। ਹੁਣ ਅੱਜ ਵੀ ਉਮੀਦ ਕਰਦੇ ਹਾਂ ਜਦੋਂ ਆਫਤਾਬ ਗਾਉਂਦਾ ਵਾ। ਨਿਤ ਜੀ, ਇਹ ਗਾਉਣ ਵਜਾਉਣ ਦਾ ਇੰਨਾ ਭੈੜਾ ਰੋਗ ਆ ਵੀ ਹੋ ਸਕਦਾ ਵੀ ਅਸੀਂ ਇਹ ਕਹਿ ਸਕਦੇ ਕਿ ਹਰ ਇੱਕ ਬਿਮਾਰੀ ਦਾ ਇਲਾਜ ਹੋ ਜਾਂਦਾ, ਪਰ ਇਹ ਸੰਗੀਤ ਦਾ ਇਲਾਜ ਨਹੀਂ ਹੁੰਦਾ ਜਿਨ੍ਹਾਂ ਨੂੰ ਲੱਗ ਜਾਂਦਾ ਹੈ। ਪਰ ਅਸੀਂ ਜਦੋਂ ਆਫਤਾਬ ਗਾਉਂਦਾ ਅਸੀਂ ਇਹੋ ਹੀ ਮਹਿਸੂਸ ਕਰਦੇ ਹਾਂ ਕਿ ਬਸ ਆਪਾਂ ਹੀ ਗਾ ਰਹੇ ਇਹਦੇ ਵਿੱਚ, ਇਹਦੇ ਵਿੱਚ ਹੀ ਸੂਰਤ ਆਪਣੀ ਨਜ਼ਰ ਆਉਂਦੀ ਹੈ ਜਦੋਂ ਇਹ ਗਾਉਂਦਾ। ਅਤੇ ਬਸ ਇਹੋ ਹੀ ਜਿੰਨੀ ਖੁਸ਼ੀ ਖੁਦ ਗਾ ਕੇ ਆਉਂਦੀ ਹੈ ਸਾਨੂੰ, ਇੰਨੀ ਉਹਦੇ ਨਾਲੋਂ ਵੀ ਵੱਧ ਖੁਸ਼ੀ ਹੁੰਦੀ ਜਦੋਂ ਆਫਤਾਬ ਗਾਉਂਦਾ। ਆਫਤਾਬ ਕਿਹੜਾ ਗੀਤ ਸੁਣਾ ਕੇ ਜੱਜਿਸ ਨੂੰ ਇੰਪ੍ਰੈਸ ਕੀਤਾ? ਇੱਕ ਵਾਰ ਉਹ ਗੀਤ ਦੀਆਂ ਦੋ ਚਾਰ ਲਾਈਨਾਂ ਸੁਣਾ ਦਿਓ। ਓਕੇ ਜੀ। ਕਿਸਮਤ ਜੋ ਆਵੇ ਸਾਹਮਣੇ ਤੂੰ ਮੋੜ ਦੇ ਉਸਕਾ ਬੰਜਾਰੇ, ਕਿਸਮਤ ਜੋ ਆਵੇ ਸਾਹਮਣੇ ਤੂੰ ਮੋੜ ਦੇ ਉਸਕਾ ਪੰਜਾਰੇ, ਚੱਲ ਮੋੜ ਦੇ ਉਸਕਾ ਪੰਜਾਰੇ, ਸਾਧੂ ਆਸਮਾਂ ਜੀ ਰੇ ਰੱਬ ਸਾ ਸਮੁੰਦਰ ਪੀਰੇ, ਚੱਲ ਸਾਸੂਰੋਂ ਮੇ ਕਰਦੇ ਜੇ ਐਲਾਨ, ਹਿੰਮਤ ਹੈ ਤੋ ਰੋਕੋ ਗੁਰ ਜ਼ੁਰਤ ਹੈ ਤੋ ਬਾਟੋ, ਰੇ ਆਜ ਥੇਲੀ ਪੇ ਰੱਖਦੀ ਹੈ ਜਾਨ, ਖੂਨ ਮੈਂ ਤੇਰੇ ਮਿੱਟੀ ਮਿੱਟੀ ਮੈਂ ਤੇਰਾ ਖੂਨ, ਖੂਨ ਮੈਂ ਤੇਰੇ ਮਿੱਟੀ ਮਿੱਟੀ ਮੈਂ ਤੇਰਾ ਖੂਨ, ਉਭਰੀ ਅੱਲਾ ਨੀਚੇ ਧਰਤੀ ਬੀਜ ਮੈਂ ਦਰਾਜ ਨੂੰ, ਰੇ ਸੁਲਤਾਨ। ਇੰਨੀ ਖੂਬਸੂਰਤ ਆਵਾਜ਼ ਇੰਨੀ ਛੋਟੀ ਉਮਰ ਦੇ ਵਿੱਚ, ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ। ਪਰ ਤੁਸੀਂ ਇਸਦੇ ਗੁਰੂ ਰਹੇ ਹੋ ਹਮੇਸ਼ਾ ਤੋਂ ਹੀ, ਤੁਸੀਂ ਤੁਹਾਡੇ ਤੋਂ ਇਸਨੇ ਗਾਣਾ ਸਿੱਖਿਆ ਤਾਂ ਤੁਹਾਡੀ ਆਵਾਜ਼ ਵੀ ਸੁਣਨਾ, ਚਾਹੇ ਦੋ ਲਾਈਨਾਂ ਹੀ ਸੁਣਾ ਦਿਓ। ਨਹੀਂ ਜੀ, ਜਦੋਂ ਦਾ ਆਫਤਾਬ ਗਾ ਰਿਹਾ ਸੀ ਤਾਂ ਉਦੋਂ ਦਾ ਗਾਣਾ ਆਪਣਾ ਬੰਦ ਕੀਤਾ ਅਤੇ ਬਸ ਇਹਦੇ 'ਤੇ ਹੀ। ਪਰ ਦੋ ਲਾਈਨਾਂ ਤੁਹਾਨੂੰ ਦੱਸਣੀਆਂ ਪੈਣਗੀਆਂ ਕਿ ਮੈਂ ਸਿਖਾਇਆ ਤਾਂ ਇਹ ਮੇਰੀ ਆਵਾਜ਼ ਹੈ, ਉਸ ਤੋਂ ਬਾਅਦ ਆਫਤਾਬ ਨੂੰ। ਲਓ ਜੀ ਸੁਣਾਉਂਦੇ ਨੇ। ਹੋ ਰਾਂਝਾ ਚਾਕ ਨਾ ਆਖੋ ਨੀ ਕੁੜੀਓ, ਨੀ ਇਹਨੂੰ ਚਾਕ ਕਹਿੰਦੀ ਸ਼ਰਮਾਵਾਂ, ਮੈਂ ਜੀਆਂ ਲੱਖ ਹੀਰਾ ਉਸਨੂੰ, ਤੇ ਮੈਂ ਕਿਸ ਗਿਣਤੀ ਵਿੱਚ ਆਵਾਂ, ਉਹ ਖੈਰ ਦੀਨ ਰੱਬ ਕੂਕ ਸੁਣੇ, ਤੇ ਮੈਂ ਚਾਕ ਦੀ ਚਾਕ ਹੋ ਜਾਵਾਂ। ਇਹ ਸੁਣ ਕੇ ਪਤਾ ਲੱਗ ਰਿਹਾ ਕਿ ਆਫਤਾਬ ਦੀ ਆਵਾਜ਼ ਇੰਨੀ ਖੂਬਸੂਰਤ ਹੈ, ਜਿਹੜੀ ਗਰਾਰੀਆਂ ਲੱਗ ਰਹੀਆਂ ਨੇ ਇੰਨੀਆਂ ਖੂਬਸੂਰਤ ਕਿਉਂ। ਜਦੋਂ ਕਈ ਸਾਲ ਪਹਿਲਾਂ ਮਸਜਿਦ ਵਿੱਚ ਰਹਿੰਦੇ ਸੀ ਤੁਸੀਂ, ਤਾਂ ਉਸ ਤੋਂ ਬਾਅਦ ਫੈਸਲਾ ਲਿਆ ਕਿ ਆਪਣਾ ਘਰ ਹੋਣਾ ਚਾਹੀਦਾ ਹੈ, ਪਰ ਇੱਕ ਆਰਥਿਕ ਤੰਗੀ ਜਿਹੜੀ ਹੈ ਜ਼ਰੂਰ ਪਰੇਸ਼ਾਨ ਕਰਦੀ ਹੈ। ਇਹ ਲੱਗਦਾ ਕਿ ਆਫਤਾਬ ਦਾ ਇਸ ਤਰ੍ਹਾਂ ਰਿਐਲਿਟੀ ਸ਼ੋਅ ਵਿੱਚ ਜਾਣਾ ਅਤੇ ਫਿਰ ਇੱਕ ਉਮੀਦ ਕਿ ਜ਼ਰੂਰ ਜਿੱਤੇਗਾ, ਇਹ ਆਰਥਿਕ ਤੰਗੀ ਥੋੜ੍ਹੀ ਠੀਕ ਹੋਏਗੀ? ਦੇਖੋ ਜੀ, ਪਹਿਲਾਂ ਅਸੀਂ ਦਰਬਾਰ 'ਤੇ ਰਹਿੰਦੇ ਸੀ, ਅਸੀਂ ਅੱਜ ਵੀ ਜਾਂਦੇ ਹਾਂ ਬਾਬਾ ਕਾਲਾ ਪੀਰ ਜੀ ਸੰਧੂ ਸਾਹਿਬ, ਉਹਨਾਂ ਬਜ਼ੁਰਗਾਂ ਦਾ ਨਾਮ ਬਾਬਾ ਕਾਲਾ ਪੀਰ ਜੀ ਸੰਧੂ ਸਾਹਿਬ, ਉਹਨਾਂ ਦੇ ਦਰਬਾਰ 'ਤੇ ਅਸੀਂ ਅੱਜ ਵੀ ਜਾਂਦੇ ਹਾਂ, ਜਿੰਨੇ ਜੋਗੇ ਝਾੜੂ ਬੁੱਕਰ ਜੋਤ ਲਾਉਂਦੇ ਹਾਂ। ਬਾਕੀ ਪਹਿਲਾਂ ਅਸੀਂ ਉੱਥੇ ਰਹਿੰਦੇ ਸੀ, ਉਸ ਤੋਂ ਬਾਅਦ ਸਾਡੇ ਨਗਰ ਦੇ ਪਰਿਵਾਰ ਔਲਖ ਪਰਿਵਾਰ ਨੇ ਇਹਨੂੰ ਜਗ੍ਹਾ ਵੀ ਦਿੱਤੀ ਹੈ, ਚਾਰ ਮਰਲੇ ਜਗ੍ਹਾ ਦਿੱਤੀ ਹੈ। ਉਹ ਜਦੋਂ ਸਾਰੇ ਗਾਵਾਂ ਪਾ 'ਚੋਂ ਆਇਆ ਸੀ ਉਦੋਂ ਵੀ ਉਦੋਂ ਜਗ੍ਹਾ ਦਿੱਤੀ ਸੀ। ਫਿਰ ਇਹ ਜਗ੍ਹਾ ਜਿਹੜੀ, ਫਿਰ ਉਹ ਥੋੜ੍ਹਾ ਜਿਹਾ ਸਿਸਟਮ ਬਣਾਉਣ ਵਾਲਾ ਸੀ ਉੱਥੇ, ਮਤਲਬ ਘਰ ਬਣਾਉਣ ਵਾਲਾ ਸੀ, ਅਤੇ ਇਹ ਜਗ੍ਹਾ ਫਿਰ ਸਾਨੂੰ ਥੋੜ੍ਹਾ ਜਿਹਾ ਵਲਗਣ ਵਲਿਆ ਸੀ, ਪਰਦਾ ਪਰਹੇਜ ਬਣਿਆ ਸੀ। ਫਿਰ ਅਸੀਂ ਇੱਕ ਵਾਰੀ ਇਹ ਸੈਟਿੰਗ ਕਰ ਲਿਆ, ਅਤੇ ਬਾਕੀ ਸਾਡੇ ਔਲਖ ਪਰਿਵਾਰ ਨੇ ਇਹਨਾਂ ਨੂੰ ਚਾਰ ਮਰਲੇ ਜਗ੍ਹਾ ਵੀ ਦਿੱਤੀ ਹੈ। ਕਹਿੰਦੇ ਸੁਪਨੇ ਕਦੀ ਵੀ ਛੋਟੇ ਨਹੀਂ ਹੁੰਦੇ, ਸੁਪਨੇ ਹਮੇਸ਼ਾ ਵੱਡੇ ਦੇਖਣੇ ਚਾਹੀਦੇ ਨੇ, ਪੂਰੇ ਹੋਣ ਤਾਂ ਚੰਗਾ, ਨਾ ਪੂਰੇ ਹੋਣ ਤਾਂ ਤਜ਼ਰਬਾ ਜ਼ਰੂਰ ਮਿਲਦਾ। ਪਰ ਕਦੀ ਇਹ ਸੁਪਨਾ ਦੇਖਿਆ ਸੀ ਕਿ ਬੱਚਾ ਇੰਨੇ ਵੱਡੇ ਰਿਐਲਿਟੀ ਸ਼ੋਅ ਦੇ ਵਿੱਚ ਜਾ ਕੇ ਮਾਂ ਬਾਪ ਦਾ ਨਾਮ ਰੋਸ਼ਨ ਕਰੇਗਾ? ਨਹੀਂ ਜੀ, ਕਿਉਂਕਿ 17-18 ਸਾਲ ਜੀ ਅਸੀਂ ਆਪ ਇਹ ਗਾਣੇ ਵਜਾਉਣੇ ਦਾ ਕੰਮ ਕਰਦੇ ਰਹੇ, ਆਪ ਬੜੀ ਕੋਸ਼ਿਸ਼ ਕੀਤੀ ਸੀ,
पर सानू नहीं वो मकाम मिलिया। तो अज भी लोग जिन्हें संगीत नू प्यार करने वाले सुनने वाले ने वो बस यही सानू कहिंदे ने कि जिहड़ा तुसी 17-18 साल तुसी आप खुद मेहनत करते रहे जो इस काम लिए गाने बजाने लिए मेहनत करते हो ਤੁਹਾਡੀ ਇਹ ਮਿਹਨਤ ਰੱਬ ਨੇ ਤੁਹਾਡੀ ਝੋਲੀ ਪਾਈ ਹੈ ਤੁਹਾਡੀ ਤਪੱਸਿਆ ਦਾ ਜਿਹੜਾ ਫਲ ਹੈ ਫਲੇ ਹਾਂਜੀ ਹਾਂਜੀ ਆਫਤਾਬ ਮਿਲਿਆ ਜੀ ਬਸ ਇਸੇ ਕਰਕੇ ਬਰਦਾਸ਼ਤ ਕਰੀਦਾ ਨਹੀਂ ਤਾਂ ਆਪ ਗਾਏ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਪਰ ਅਸੀਂ ਗਾਉਂਦੇ ਹੀ ਨਹੀਂ ਅਸੀਂ ਗਾਉਣਾ ਬਸ ਇਹਨੂੰ ਆਫਤਾਬ ਨੂੰ ਕਿਹਾ ਵੀ ਤੂੰ ਗਾਣਾ ਅਤੇ ਬੇਟਾ ਤੇਰੇ ਵਿੱਚ ਹੀ ਸਾਨੂੰ ਆਪਣੀ ਝਲਕ ਪੈਂਦੀ ਆਫਤਾਬ ਕਦੇ ਤੁਸੀਂ ਕਿਹਾ ਨਹੀਂ ਪਿਤਾ ਜੀ ਨੂੰ ਕਿ ਨਹੀਂ ਤੁਸੀਂ ਵੀ ਗਾਓ ਤੁਹਾਨੂੰ ਗਾਣਾ ਬੰਦ ਨਹੀਂ ਕਰਨਾ ਚਾਹੀਦਾ ਨਹੀਂ ਜੀ ਪਹਿਲੀ ਗੱਲ ਤਾਂ ਮੈਨੂੰ ਸਿਖਾਉਂਦੇ ਆ ਅਤੇ ਮੈਨੂੰ ਨਹੀਂ ਲੱਗਦਾ ਇੰਨਾ ਗਾਣਾ ਛੱਡਿਆ ਮੈਨੂੰ ਇਹ ਲੱਗਦਾ ਕਿ ਇਹ ਅਜੇ ਵੀ ਗਾਉਂਦੇ ਆ ਲੇਕਿਨ ਇਹ ਕਹਿੰਦੇ ਮੈਂ ਛੱਡਿਆ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਛੱਡਿਆ ਗਾਣਾ ਪਿਤਾ ਜੀ ਨੂੰ ਕਦੀ ਸਟੇਜ 'ਤੇ ਪਹੁੰਚਾਉਣ ਬਾਰੇ ਸੋਚਿਆ ਕਿਉਂਕਿ ਉਹਨਾਂ ਨੂੰ 17-18 ਸਾਲ ਇਹਨਾਂ ਨੇ ਵੀ ਗਾਇਆ ਮਿਹਨਤ ਇੰਨੀ ਕੀਤੀ ਕਦੀ ਉਹਨਾਂ ਨੂੰ ਪਲੈਟਫਾਰਮ ਨਹੀਂ ਮਿਲਿਆ ਕੋਈ ਤੁਹਾਨੂੰ ਅੱਜ ਮਿਲ ਗਿਆ ਇਹ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਅਤੇ ਕਦੀ ਸੋਚਿਆ ਪਿਤਾ ਜੀ ਨੂੰ ਵੀ ਕੋਈ ਪਲੈਟਫਾਰਮ ਦੇਣਾ ਨਹੀਂ ਜੀ ਅਗਰ ਮੈਨੂੰ ਪਲੈਟਫਾਰਮ ਮਿਲਿਆ ਤਾਂ ਮੈਨੂੰ ਨਹੀਂ ਉਹ ਮਿਲਿਆ ਮੇਰੇ ਪਿਤਾ ਜੀ ਦਾ ਹੀ ਉਹ ਪਲੈਟਫਾਰਮ ਹੈ ਅਗਰ ਮੈਨੂੰ ਇਹ ਮਿਹਨਤ ਨਹੀਂ ਦਿੰਦੇ ਤਾਂ ਫਿਰ ਮੈਂ ਨਹੀਂ ਪਹੁੰਚ ਸਕਦਾ ਕਿਸੇ ਇਹ ਇੰਨਾ ਇੰਨੀ ਸਿਆਣਪ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਿੱਥੋਂ ਸਿੱਖੀਆਂ ਨੇ ਇਹ ਜੀ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਵਾ ਭਾਈ ਮਰਦਾਨਾ ਜੀ ਦੀ ਕਿਰਪਾ ਵਾ ਉਹਨਾਂ ਬਜ਼ੁਰਗਾਂ ਦੀ ਕਿਰਪਾ ਵਾ ਅਤੇ ਫਿਰ ਹੀ ਇਹ ਗੱਲ ਫਿਰ ਹੀ ਮਨ ਦੇ ਵਿੱਚ ਕੁਝ ਸਿਆਣਪ ਆਉਂਦੀ ਜਾਂ ਸਮਝਦਾਰੀ ਆਉਂਦੀ ਇਹ ਗੁਰੂ ਸਾਹਿਬ ਦੀ ਕਿਰਪਾ ਵਾ ਸਾਰੀ ਕਿੰਨੇ ਬੱਚੇ ਨੇ ਤੁਹਾਡੇ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਹੁਣ ਤੱਕ ਸਾਡੇ ਜੀ ਤਿੰਨ ਬੱਚੇ ਨੇ ਜਦੋਂ ਵਿਆਹ ਸ਼ਾਦੀ ਹੁੰਦਾ ਕਿਸੇ ਦੇ ਘਰ ਵਿਆਹ ਸ਼ਾਦੀ ਹੁੰਦਾ ਉਦੋਂ ਅਸੀਂ ਜਾ ਕੇ ਅਸੀਂ ਵਧਾਈ ਲੈ ਕੇ ਆਉਂਦੇ ਫਿਰ ਇਹਨਾਂ ਬੱਚਿਆਂ ਨੂੰ ਆ ਕੇ ਰਿਜ਼ਕ ਗੁਰੂ ਜੀ ਸਾਡੇ ਨਗਰ ਵਾਲੇ ਜੋ ਵੀ ਜਿੱਥੇ ਵੀ ਸ਼ਾਦੀ ਹੁੰਦੀ ਜਾਂ ਮੁੰਡਾ ਹੁੰਦਾ ਅਸੀਂ ਜਾਂਦੇ ਉਹਨਾਂ ਦੇ ਅਤੇ ਉਹ ਖੁਸ਼ ਹੋ ਕੇ ਵਧਾਈ ਦਿੰਦੇ ਨੇ ਅਤੇ ਉਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਚੱਲਦਾ ਬਾਕੀ ਹੋਰ ਸਾਡੀ ਕੋਈ ਵੀ ਤਨਖਾਹ ਨਹੀਂ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਬਸ ਇਹੋ ਹੀ ਵੇ ਨੇ ਸਾਡੇ ਸਰਦਾਰ ਲੋਕ ਜਿੰਨੇ ਸਾਡੇ ਪਿੰਡਾਂ ਵਾਲੇ ਇਹਨਾਂ ਦੀ ਸੁੱਖ ਮੰਗਣੇ ਕਿ ਇਹਨਾਂ ਦੇ ਘਰ ਮੁੰਡਾ ਹੋਵੇ ਅਤੇ ਸਾਨੂੰ ਵਧਾਈ ਮਿਲਦੀ ਹੈ ਜਦੋਂ ਇਹਨਾਂ ਦੇ ਵਿਆਹ ਹੁੰਦਾ ਉਦੋਂ ਵੀ ਵਧਾਈ ਮਿਲਦੀ ਹੈ ਅਤੇ ਬਸ ਅਸੀਂ ਇਹਦੇ ਵਿੱਚ ਹੀ ਮਗਨ ਰਹਿੰਦੇ ਹਾਂ ਇਹ ਸੰਗੀਤ ਦੀ ਤਿਆਰੀ ਸਿਰਫ ਆਫਤਾਬ ਨੂੰ ਕਰਵਾ ਰਹੇ ਹੋ ਕਿ ਬਾਕੀ ਦੋਨੋਂ ਬੱਚਿਆਂ ਨੂੰ ਵੀ ਤੁਸੀਂ ਇਸੇ ਰਸਤੇ ਪਾਉਣਾ ਨਹੀਂ ਜੀ ਦੂਜੇ ਦੋਨੋਂ ਬੱਚੇ ਨਹੀਂ ਕਰਦੇ ਇਹ ਤਾਂ ਜਿਹੜਾ ਕਰਦਾ ਉਹਦਾ ਹੀ ਹੁੰਦਾ ਗਾਣਾ ਦੂਜੇ ਬੱਚੇ ਨਹੀਂ ਕਰਦੇ ਅਤੇ ਫਿਰ ਬਖਸ਼ਿਸ਼ ਵੀ ਜਿਹੜੀ ਹਾਰੀ ਸਾਰੀ ਨੂੰ ਨਹੀਂ ਹੁੰਦੀ ਜੇ ਕੋਈ 4-5 ਬੇਟੇ ਆ ਜਾਂ 5 ਬੱਚੇ ਆ ਤਾਂ ਉਹ ਸਾਰਿਆਂ ਨੂੰ ਉਹ ਬਖਸ਼ਿਸ਼ ਨਹੀਂ ਹੁੰਦੀ ਜਿਹੜੀ ਕੋਈ ਉਹ ਬਖਸ਼ਿਸ਼ ਜਿਹਦੇ 'ਤੇ ਹੁੰਦੀ ਬਸ ਪਰਮਾਤਮਾ ਜਿਸ 'ਤੇ ਮਿਹਰ ਕਰਦਾ ਹਫਤਾ ਬਹੁਤ ਸਾਰੇ ਕੰਟੈਸਟੈਂਟਸ ਰਾਈਜ਼ਿੰਗ ਸਟਾਰ ਵਿੱਚ ਆਉਂਦੇ ਨੇ ਬੜੇ ਟੈਲੈਂਟਡ ਹੁੰਦੇ ਨੇ ਬਹੁਤ ਰਿਆਜ਼ ਕਰਕੇ ਆਏ ਹੁੰਦੇ ਨੇ ਉਮਰ ਤੁਹਾਡੇ ਤੋਂ ਕਈਆਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਤਾਂ ਬਹੁਤ ਛੋਟੀ ਉਮਰ ਦੇ ਹੋ ਉਹਨਾਂ ਨੂੰ ਦੇਖ ਕੇ ਡਰ ਨਹੀਂ ਲੱਗਿਆ ਸੀ ਕਿ ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ ਇਸ ਸਪੀਡ ਦੇ ਵਿੱਚ ਪਹਿਲੀ ਗੱਲ ਜੀ ਜਦੋਂ ਕਿਸੇ ਵੀ ਮੁਕਾਮ 'ਤੇ ਜਾਈਏ ਡਰ ਤਾਂ ਸਾਰਿਆਂ ਨੂੰ ਲੱਗਦਾ ਲੇਕਿਨ ਮੈਨੂੰ ਆਪਣੇ ਨਗਰ 'ਤੇ ਉਮੀਦ ਸੀ ਕਿ ਮੇਰਾ ਨਗਰ ਮੇਰਾ ਡਿਸਟ੍ਰਿਕਟ ਮੇਰਾ ਪੰਜਾਬ ਮੈਨੂੰ ਵੋਟ ਕਰੂਗਾ ਮੈਨੂੰ ਜ਼ਰੂਰ ਅੱਗੇ ਜਾਣ ਦੀ ਮੈਨੂੰ ਵੋਟ ਕਰੂਗਾ ਅਤੇ ਮੈਂ ਤਾਂ ਥੋੜ੍ਹਾ ਨਹੀਂ ਡਰਿਆ ਸੀ ਉਹ ਜਦੋਂ ਦੀਵਾਰ ਉੱਡ ਜਾਂਦੀ ਹੈ ਤਾਂ ਉਹ ਸਾਰੀ ਘਬਰਾਹਟ ਖਤਮ ਹੋ ਜਾਂਦੀ ਪਤਾ ਲੱਗ ਜਾਂਦਾ ਕਿ ਹੁਣ ਪੂਰੀ ਸਪੋਰਟ ਮਿਲ ਚੁੱਕੀ ਹੈ ਹਾਂਜੀ ਹਾਂਜੀ ਮੈਂ ਤਾਂ ਪਹਿਲੀ ਗੱਲ ਮੈਂ ਤਾਂ ਉੱਪਰ ਵੇਖਿਆ ਵੀ ਨਹੀਂ ਮੈਨੂੰ ਵੋਟ ਕਿੰਨੀ ਹੋ ਰਹੀ ਅਤੇ ਕਿੰਨੀ ਨਹੀਂ ਮੈਨੂੰ ਪੂਰੀ ਉਮੀਦ ਸੀ ਕਿ ਹਾਂ ਮੇਰੀ ਦੀਵਾਰ ਪੱਕਾ ਉੱਠੇਗੀ ਉਹ ਮੇਰੀ ਪੰਜਾਬ ਦੀ ਵਜ੍ਹਾ ਨਾਲ ਡਿਸਟ੍ਰਿਕਟ ਦੀ ਅਤੇ ਗਾਉਂ ਦੀ ਵਜ੍ਹਾ ਨਾਲ ਅਤੇ ਤੁਹਾਡੀ ਮਿਹਨਤ ਦੀ ਵਜ੍ਹਾ ਨਾਲ ਨਹੀਂ ਜੀ ਮੈਂ ਤਾਂ ਕਹਿਣਾ ਹੀ ਪਏਗਾ ਕਿਉਂਕਿ ਆਵਾਜ਼ ਖੂਬਸੂਰਤ ਸੀ ਲੋਕਾਂ ਦੇ ਦਿਲਾਂ ਤੱਕ ਤੁਹਾਡੀ ਆਵਾਜ਼ ਪਹੁੰਚੀ ਹੈ ਤਾਂ ਹੀ ਉਹ ਦੀਵਾਰ ਉੱਠੀ ਹੈ ਨਹੀਂ ਨਹੀਂ ਜੀ ਗਾਣਾ ਤਾਂ ਅਜੇ ਆਉਂਦਾ ਹੀ ਨਹੀਂ ਜੀ ਅਜੇ ਤਾਂ ਮੈਨੂੰ ਲੱਗਦਾ ਵੀ ਅਜੇ ਪੌੜੀ ਦਾ ਕਈ ਕਹਿੰਦੇ ਨਾ ਡੰਡਾ ਚੜੀਦਾ ਅਸੀਂ ਤਾਂ ਅਜੇ ਪੌੜੀ ਤੋਂ ਬਹੁਤ ਦੂਰ ਹਾਂ ਅਤੇ 95% ਹਲੇ ਜਿਹੜੇ ਮਿਲੇ ਨੇ ਉਹ ਪੌੜੀ ਤੋਂ ਦੂਰ ਰਹਿ ਕੇ ਮਿਲੇ ਨੇ ਜਦੋਂ ਪੌੜੀ ਤੱਕ ਪਹੁੰਚ ਜਾਓਗੇ ਫਿਰ ਕਿੰਨੇ ਪਰਸੈਂਟ ਦੀ ਉਮੀਦ ਹੈ ਉਦੋਂ ਜੀ ਪੁੱਛੋ ਨਾ ਜੀ ਉਹ ਫਿਰ ਉੱਥੇ ਪਹੁੰਚਣਾ ਵੀ ਐਵੇਂ ਨਹੀਂ ਪਿਆ ਬੜੀ ਮਿਹਨਤ ਨਾਲ ਪਹੁੰਚਣਾ ਪੈਂਦਾ ਉੱਥੇ ਬਹੁਤ ਸਾਰੇ ਪੜਾਅ ਨੇ ਜਿਹੜੇ ਪਾਰ ਕਰਨੇ ਪੈਂਦੇ ਬਿਲਕੁਲ ਜੀ ਜੱਜਸ ਨਾਲ ਮਿਲ ਕੇ ਕਿਸ ਤਰ੍ਹਾਂ ਲੱਗਿਆ ਨੀਤੀ ਮੋਹਨ ਸ਼ੰਕਰ ਮਹਾਦੇਵਨ ਦਲਜੀਤ ਦੋਸਾਂਝ ਸੁਖਵਿੰਦਰ ਸਿੰਘ ਵੀ ਹਾਂਜੀ ਹਾਂਜੀ ਉਸ ਦਿਨ ਸੁਖਵਿੰਦਰ ਸਿੰਘ ਜੀ ਵੀ ਆਏ ਸੀ ਸਰਗੰਪਾ ਦੇ ਵਿੱਚ ਵੀ ਮਿਲਿਆ ਸਾਰੇ ਸਿੰਗਰਸ ਨੂੰ ਲੇਕਿਨ ਉਹਨਾਂ ਨੂੰ ਨਹੀਂ ਮਿਲਿਆ ਸੀ ਅਤੇ ਜਿਸ ਦਿਨ ਮੈਂ ਉਹਨਾਂ ਨੂੰ ਵੇਖਿਆ ਰਾਈਜ਼ਿੰਗ ਸਟਾਰ ਦੇ ਵਿੱਚ ਆਏ ਅਤੇ ਮੇਰਾ ਬੜਾ ਮਨ ਖੁਸ਼ ਹੋਇਆ ਕਿ ਸੁਖਵਿੰਦਰ ਸਿੰਘ ਜੀ ਆਏ ਨੀਤੀ ਮੋਹਨ ਜੀ ਸ਼ੰਕਰ ਮਹਾਦੇਵਨ ਜੀ ਦਲਜੀਤ ਦੋਸਾਂਝ ਜੀ ਇਹਨਾਂ ਨੂੰ ਵੀ ਨਹੀਂ ਮੈਂ ਵੇਖਿਆ ਸੀ ਅਤੇ ਉੱਥੇ ਮੈਂ ਰਾਈਜ਼ਿੰਗ ਸਟਾਰ ਦੇ ਵਿੱਚ ਮੈਨੂੰ ਇੰਨੇ ਇੰਨੇ ਵੱਡੇ ਸਿੰਗਰ ਦੇਖਣ ਨੂੰ ਮਿਲੇ
ਜ਼ਿਆਦਾ ਐਕਸਾਈਟਮੈਂਟ ਦੀਵਾਰ ਉੱਠਣ ਦੀ ਸੀ ਕਿ ਇੰਨੇ ਇੰਨੇ ਵੱਡੇ ਸਿੰਗਰਸ ਨੂੰ ਪਹਿਲੀ ਵਾਰ ਮਿਲਣਾ, ਉਹਨਾਂ ਨਾਲ ਇੰਟਰੈਕਟ ਕਰਨ ਦੀ ਸੀ? ਜਦੀ ਦੀ ਦੀਵਾਰ ਉੱਠਣ ਦੀ ਸੀ, ਕਿਉਂਕਿ ਜਿੱਤ ਤਾਂ ਉਹੀ ਸੀਗੀ ਕਿ ਦੀਵਾਰ ਉੱਠ, ਅਗਰ ਨਹੀਂ ਅਗਰ ਦੀਵਾਰ ਹੀ ਨਾ ਉੱਠਦੀ ਤਾਂ ਫਿਰ ਤਾਂ ਇੱਕ ਦੋ ਵਾਰੀ ਮਿਲਣਾ ਸੀ, ਫਿਰ ਤਾਂ ਮਿਲਣਾ ਨਹੀਂ, ਅਗਰ ਦੀਵਾਰ ਉੱਠ ਜਾਂਦੀ ਫਿਰ ਤਾਂ ਕਿੰਨੀ ਵਾਰੀ ਮਿਲਣਾ ਨਾ ਸੀ, ਅੱਗੇ ਜਾਈ ਜਾਣਾ ਸੀ ਅਤੇ ਮਿਲਣਾ ਹੀ, ਇੱਕ ਐਪੀਸੋਡ 'ਚ ਦੋਸਤ ਫਿਰ ਤਾਂ ਮਿਲ ਹੀ ਜਾਣਾ ਸੀ। ਅੱਛਾ, ਹੁਣ ਤੁਸੀਂ ਉੱਥੇ ਜਾ ਕੇ ਦੇਖ ਲਿਆ ਕਿ ਕੰਪੀਟੀਸ਼ਨ ਕਿੰਨਾ ਹਾਰਡ ਹੈ, ਤਿਆਰੀ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ, ਕੀ ਲੱਗਦਾ ਕਿ ਜਿਹੜੀ ਤਿਆਰੀ ਲੈ ਕੇ ਉੱਥੇ ਪਹੁੰਚੇ ਸੀ ਉਹ ਇਨਫ ਹੈ, ਉਹ ਕਾਫੀ ਹੈ ਕਿ ਹਲੇ ਹੋਰ ਕੁਛ ਰਹਿੰਦਾ ਹੈ, ਬਾਕੀ ਜਿਹੜਾ ਹਲੇ ਤਿਆਰੀ ਕਰਨੀ ਬਾਕੀ ਹੈ ਹਲੇ? ਦੇਖੋ ਜੀ, ਮਿਹਨਤ ਜਿੰਨੀ ਕਰੋ ਉਨੀ ਘੱਟ ਆ, ਸਭ ਤੋਂ ਜ਼ਿਆਦਾ ਮਿਹਨਤ ਜ਼ਰੂਰੀ ਹੈ ਜੀ, ਅਜੇ ਹੋਰ ਮਿਹਨਤ ਕਰੀਏ ਤਾਂ ਫਿਰ ਹੋਰ ਅੱਗੇ ਜਾਵਾਂਗੇ ਜੀ। ਜਿਹੜੀ ਸੋਚ ਤੁਸੀਂ ਲੈ ਕੇ ਚੱਲ ਰਹੇ ਹੋ ਨਾ ਜਿੱਥੇ ਪਹੁੰਚੇ ਹੋ, ਇਹ ਸੋਚ ਬੜੀ ਖੂਬਸੂਰਤ ਹੈ, ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਸਿਆਣੀ ਇੰਨੀਆਂ ਸਿਆਣੀਆਂ ਗੱਲਾਂ, ਇੰਨੇ ਸੋਹਣੇ ਵਿਚਾਰ ਇਹ ਬਿਆਨ ਕਰ ਰਹੇ ਨੇ ਕਿ ਇੱਕ ਬੱਚਾ ਇੰਨੀ ਛੋਟੀ ਉਮਰ ਦੇ ਵਿੱਚ ਆਪਣੇ ਮਾਂ ਬਾਪ ਦੇ ਪ੍ਰਤੀ, ਆਪਣੇ ਪਰਿਵਾਰ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਰਿਹਾ ਹੈ, ਜ਼ਿੰਮੇਵਾਰੀ ਚੁੱਕ ਰਿਹਾ ਹੈ, ਅਤੇ ਰਾਈਜ਼ਿੰਗ ਸਟਾਰ ਵਰਗਾ ਇੰਨਾ ਵੱਡਾ ਪਲੈਟਫਾਰਮ ਜਿੱਥੇ ਇਸ ਬੱਚੇ ਨੇ ਪਹਿਲਾ ਪੜਾਅ ਪਾਰ ਕਰ ਲਿਆ, 95% ਵੋਟਿੰਗ ਲੈ ਕੇ ਜਿਹੜੀ ਹੈ ਦੀਵਾਰ ਉੱਠੀ ਸੀ, ਅਤੇ ਜੱਜਿਸ ਇਸ ਆਵਾਜ਼ ਨੂੰ ਸੁਣ ਕੇ ਨਾ ਸਿਰਫ ਨਿਹਾਲ ਹੋਏ ਸਨ ਬਲਕਿ ਹੈਰਾਨ ਕਰ ਦਿੱਤਾ ਸੀ ਇਸ ਦੀ ਆਵਾਜ਼ ਨੇ। ਪਿਤਾ ਜੀ ਤੋਂ ਸਿੱਖਿਆ ਇਹ ਗੁਣ, ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਿੰਦੇ ਹਾਂ ਉਹਨਾਂ ਪਿੰਡ ਵਾਲਿਆਂ ਦੀ ਜਿਨ੍ਹਾਂ ਨੇ ਆਫਤਾਬ ਨੂੰ 4 ਮਰਲੇ ਜ਼ਮੀਨ ਤੋਹਫੇ ਦੇ ਰੂਪ ਵਿੱਚ ਦਿੱਤੀ ਹੈ, ਕਿਉਂਕਿ ਪਰਿਵਾਰ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਸੁਧਾਰਨ ਲਈ ਆਫਤਾਬ ਨੇ ਕੁਝ ਘਰ ਗੁਜ਼ਰਨ ਦੀ ਠਾਨੀ ਹੈ, ਅਤੇ ਪਿੰਡ ਵਾਲੇ ਪੂਰੀ ਸਪੋਰਟ ਕਰ ਰਹੇ ਨੇ ਇਸ ਪਰਿਵਾਰ ਨੂੰ। ਬਲਜਿੰਦਰ ਸਿੰਘ ਔਲਖ ਜੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨੇ ਆਫਤਾਬ ਦਾ ਗੁਣ ਜਦੋਂ ਉਭਰ ਕੇ ਬਾਹਰ ਆਇਆ, ਇਸ ਦੀ ਆਵਾਜ਼ ਉਭਰ ਕੇ ਬਾਹਰ ਆਈ, ਇਹਨਾਂ ਤੱਕ ਪਹੁੰਚੀ, ਤਾਂ ਇਸੇ ਪਿੰਡ ਦੇ ਨੇ, ਇਹਨਾਂ ਨੇ 4 ਮਰਲੇ ਜ਼ਮੀਨ ਜਿਹੜੀ ਹੈ ਤੋਹਫੇ ਵਿੱਚ ਦਿੱਤੀ ਹੈ। ਇਸ ਨੂੰ ਇਨਸਾਨੀਅਤ ਦੀ ਬੜੀ ਵੱਡੀ ਮਿਸਾਲ ਤੁਸੀਂ ਪੇਸ਼ ਕਰ ਰਹੇ ਹੋ, ਕਿਉਂਕਿ ਤੁਸੀਂ ਉਸ ਜ਼ਮਾਨੇ ਦੇ ਵਿੱਚ ਉਸ ਸਮੇਂ ਦੇ ਵਿੱਚ ਜ਼ਮੀਨ ਇਹਨੂੰ ਤੋਹਫੇ ਵਿੱਚ ਦਿੱਤੀ ਹੈ ਜਦੋਂ ਸਕੇ ਭਰਾ ਆਪਸ ਵਿੱਚ ਜ਼ਮੀਨਾਂ ਨੂੰ ਲੈ ਕੇ ਇੱਕ ਦੂਸਰੇ ਦਾ ਕਤਲ ਕਰ ਰਹੇ ਨੇ। ਉਹ ਤਾਂ ਇਸ ਤਰ੍ਹਾਂ ਜੀ, ਜਿਸ ਤਰ੍ਹਾਂ ਜੇ ਅੱਜ ਸਾਡੇ ਨਗਰ ਦਾ ਨਾਂ ਜੇ ਸਾਡੇ ਵਰਲਡ ਵਿੱਚ ਮਸ਼ਹੂਰ ਹੁੰਦਾ ਅਤੇ ਜੇ ਸਾਡੀ 4 ਮਰਲੇ ਜ਼ਮੀਨ ਕੋਈ ਖਾਸ ਇਹਨੂੰ ਤੋਹਫੇ ਵਿੱਚ ਖਾਸ ਚੀਜ਼ ਨਹੀਂ, ਕਿਉਂਕਿ ਸਾਡੇ ਨਗਰ ਦਾ ਨਾਂ, ਤੁਸੀਂ ਵੀ ਹੋ ਸਕਦਾ ਵੀ ਸਾਡੇ ਨਗਰ ਨੂੰ ਨਾ ਜਾਣਦੇ ਹੋਏ ਅੱਜ ਜੇ ਤੁਸੀਂ ਸਾਡੇ ਨਗਰ ਦੇ ਵਿੱਚ ਆਏ ਤਾਂ ਸਿਰਫ ਇਹਦੇ ਕਰਕੇ ਆਏ, ਇਹਦੇ ਕਰਕੇ ਸਾਡੇ ਨਗਰ ਦਾ ਔਰ ਜੇ ਚੈਨਲ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਤੁਹਾਨੂੰ ਇੱਥੇ ਭੇਜਿਆ, ਸਾਡੇ ਬੱਚੇ ਦੇ ਕਰਕੇ ਤੁਸੀਂ ਸਾਡੇ ਨਗਰ 'ਚ ਆਏ ਹਾਂ, ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਬਹੁਤ ਛੋਟੀਆਂ ਰਹਿ ਜਾਂਦੀਆਂ, ਪਿੱਛੇ ਰਹਿ ਜਾਂਦੀਆਂ, ਕਿਉਂਕਿ ਜਿਸ ਨਗਰ ਦਾ ਜਿਸ ਵੀ ਪਰਿਵਾਰ ਦਾ ਨਾਂ ਉੱਚਾ ਹੁੰਦਾ ਤਾਂ ਉਹ ਅੱਜ ਦੁਨੀਆ ਨਾਂ ਦੇ ਪਿੱਛੇ ਫਿਰਦੀ ਹੈ, ਨਾਂ ਕਰਕੇ ਹੀ ਆਪਾਂ ਸਾਰਾ ਕੁਝ ਕਰਦੇ ਹਾਂ। ਜੇ ਸਾਡੇ ਨਗਰ ਦਾ ਨਾਂ ਆਫਤਾਬ ਨੇ ਚਲਾਇਆ ਤਾਂ ਸਾਡੀਆਂ ਇਹ ਚੀਜ਼ਾਂ ਬਹੁਤ ਛੋਟੀਆਂ, ਅਸੀਂ ਹੋਰ ਵੀ ਜਿੰਨੀ ਵੀ ਇਹਦੀ ਮਦਦ ਕਰ ਸਕੇ ਕਰਾਂਗੇ। ਆਫਤਾਬ, ਇਹ ਉਮੀਦਾਂ ਨੇ, ਜ਼ਿੰਮੇਵਾਰੀ ਹੁਣ ਵੱਧ ਗਈ ਹੈ ਮੋਢਿਆਂ 'ਤੇ। ਬਿਲਕੁਲ ਜੀ, ਕਿਉਂਕਿ ਪੂਰੇ ਨਗਰ ਦੀ ਉਮੀਦਾਂ, ਨਾ ਸਿਰਫ ਪਰਿਵਾਰ ਦੀ, ਪੂਰੇ ਨਗਰ ਦੀ ਉਮੀਦਾਂ ਜੁੜ ਗਈਆਂ ਨੇ ਤੁਹਾਡੇ ਨਾਲ। ਹਾਂਜੀ ਹਾਂਜੀ ਜੀ, ਪਹਿਲੀ ਗੱਲ ਤਾਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਵੋਟ ਕਰੋ, ਵੋਟ ਐਪ ਕਰਨ ਲਈ ਵੋਟ ਐਪ ਡਾਊਨਲੋਡ ਕਰੋ ਪਲੇ ਸਟੋਰ 'ਚੋਂ, ਅਤੇ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਵੋਟ ਕਰੋ ਜੀ। ਅੱਜ ਇੱਕ ਚੀਜ਼ ਹੋਰ ਇਹਦੇ 'ਚ ਨਵੀਂ ਮੈਂ ਦੇਖੀ ਹੈ ਜੀ, ਜਦੋਂ ਇਹ ਕੈਮਰੇ ਦੇ ਅੱਗੇ, ਮਤਲਬ ਜੇ ਗਾਣੇ 'ਚ ਇਹ ਅੱਜ ਸਟੇਜ ਵੀ ਸੰਭਾਲਣ ਜੋਗਾ, ਗੱਲਾਂ ਕਰੀਆਂ ਉਹ ਗੱਲਾਂ ਬਹੁਤ ਵਧੀਆ ਕੀਤੀਆਂ, ਕਿਉਂਕਿ ਆਪਾਂ ਨੂੰ ਆਡੀਅੰਸ ਨੂੰ ਜਦੋਂ ਬਾਉਣਾ ਹੈ ਜਾਂ ਗੱਲ ਕਰਨੀ ਹੈ, ਅੱਜ ਮੈਂ ਸਮਝਦਾ ਵੀ ਉਹ ਤੋਂ ਵੀ ਅੱਗੇ ਲੰਘ ਚੁੱਕਿਆ ਹੈ ਸਟੇਜ ਤੇ ਉਹਨਾਂ ਲੋਕਾਂ ਨੂੰ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਿੰਗਰ ਤਾਂ ਬਣੇਗਾ, ਇੱਕ ਐਂਕਰ ਵੀ ਜ਼ਰੂਰ ਬਣੇਗਾ, ਹੈਨਾ? ਹੈਗੀ ਉਮੀਦ ਤੁਹਾਡੀ? ਤੁਹਾਡੀਆਂ ਦੁਆਵਾਂ ਹੋਣਗੀਆਂ ਤੇ ਜ਼ਰੂਰ ਬਣੂਗਾ ਜੀ। ਬਿਲਕੁਲ, ਸਾਡੀਆਂ ਦੁਆਵਾਂ ਬਿਲਕੁਲ ਆਫਤਾਬ ਦੇ ਨਾਲ ਨੇ, ਮਿਹਨਤ ਜਾਰੀ ਰੱਖੋ ਤੇ ਪਿੰਡ ਵਾਲਿਆਂ ਦੀ, ਪਰਿਵਾਰ ਦੀ ਇਸੇ ਤਰ੍ਹਾਂ ਉਮੀਦਾਂ ਤੇ ਖਰਾ ਉਤਰਨਾ। ਬਿਲਕੁਲ ਜੀ, ਜਿਹੜੀ ਇਹ ਜਿਹੜੀ ਸ਼ੋਹਰਤ ਹੈ ਬੇਟਾ, ਇਹ ਸੰਭਾਲਣੀ ਬਹੁਤ ਔਖੀ ਹੁੰਦੀ ਹੈ, ਇਸ ਕਰਕੇ ਇਹ ਨਿਗਾਹ ਜ਼ਰੂਰ ਰੱਖਣੀ ਹੈ ਵੀ ਜਿਹੜੀ ਸ਼ੋਹਰਤ ਸੰਭਾਲਣ ਨੂੰ ਤੇਰੇ ਨਾਲ ਚੰਗੇ ਵੀ ਅਤੇ ਮਾੜੇ ਵੀ ਤੈਨੂੰ ਬਹੁਤ ਮਿਲਣਗੇ, ਜੇਕਰ ਤੂੰ ਕਿਸੇ ਮਾੜੇ ਅੰਸਰ 'ਚ ਮਾੜੇ ਥਾਂ 'ਤੇ ਪਹੁੰਚ ਗਿਆ, ਕਈ ਵਾਰੀ ਬੜੀਆਂ ਚੀਜ਼ਾਂ ਤੈਨੂੰ ਚੰਗੀਆਂ ਦਿਖਾ ਕੇ ਤੈਨੂੰ ਲੈ ਜਾਣਗੇ, ਹੋ ਸਕਦਾ ਉਸ ਚੀਜ਼ ਤੋਂ ਤੂੰ ਬਹੁਤ ਬਚ ਕੇ ਰਹਿਣਾ, ਤਾਂ ਕਿ ਤੇਰੇ ਨਗਰ ਦਾ ਔਰ ਸਾਡੇ ਸਾਰੇ ਨਗਰ ਦਾ ਔਰ ਸਾਡੇ ਪੰਜਾਬ ਦਾ, ਸਾਡੇ ਡਿਸਟ੍ਰਿਕਟ ਫਰੀਦਕੋਟ ਦਾ ਜਿਹੜਾ ਨਾਂ ਰੋਸ਼ਨ ਹੋਵੇ, ਇਸ ਕਰਕੇ ਤੂੰ ਇਹਨਾਂ ਦੀ ਬਹੁਤ ਜ਼ਿਆਦਾ ਨਿਗਾਹ ਰੱਖਣੀ, ਆਪਦੀ ਸ਼ੋਹਰਤ ਜਿਹੜੀ ਸੰਭਾਲਣੀ ਬਹੁਤ ਔਖੀ ਹੁੰਦੀ ਹੈ, ਸ਼ੋਹਰਤ ਮਿਲ ਕਈ ਵਾਰੀ ਸੌਖੀ ਜਾਂਦੀ ਹੈ ਪਰ ਸੰਭਾਲਣੀ ਔਖੀ। ਬਿਲਕੁਲ, ਹਾਂਜੀ। ਆਫਤਾਬ, ਵੋਟ ਅਪੀਲ ਕਰਨਾ ਚਾਹੁੰਦੇ ਹੋ, ਕਿਉਂਕਿ ਵੋਟਾਂ ਬਹੁਤ ਅਹਿਮ ਨੇ, ਕਿਉਂਕਿ ਰਿਐਲਿਟੀ ਸ਼ੋਅ ਹੈ, ਜਦ ਤੱਕ ਵੋਟਾਂ ਨਹੀਂ ਪੈਣਗੀਆਂ ਅੱਗੇ ਨਹੀਂ ਵੱਧ ਸਕੋਗੇ। ਮੈਂ ਤਾਂ ਜੀ ਆਪਣੇ ਪੂਰੇ ਪੰਜਾਬ ਨੂੰ ਕਹਿੰਦਾ, ਮੇਰੀ ਇੱਜ਼ਤ ਤੁਹਾਡੀ ਇੱਜ਼ਤ ਹੈ, ਕਿਉਂਕਿ ਪੰਜਾਬ ਦੇ ਵਿੱਚ ਹੋਰ ਵੀ ਬੱਚੇ ਆ, ਸਾਰਿਆਂ ਦੀ ਇੱਜ਼ਤ ਤੁਹਾਡੀ ਇੱਜ਼ਤ ਆ, ਅਤੇ ਵੱਧ ਤੋਂ ਵੱਧ ਮੈਂ ਇਹੋ ਉਮੀਦ ਕਰਦਾ ਕਿ ਮੈਨੂੰ ਵੋਟ ਕਰੋ ਜੀ, ਇਹਦੇ ਲਈ ਨਹੀਂ ਤਾਂ ਆਪਣੇ ਲਈ ਵੋਟ ਕਰ ਲਓ, ਹੈ ਨਾ? ਬਿਲਕੁਲ ਜੀ, ਬਿਲਕੁਲ।
अच्छा, जान तो पहला एक लाइन या दो लाइना अपने फेवरेट गाने दिया सुना दो। सानू एक पल चैन ना होवे, सानू एक पल चैन ना होवे, सजना तेरे बिना, सजना तेरे बिना, हो सानू एक पल चैन ना होवे, एक पल चैन ना होवे, सजना तेरे बिना, सजना तेरे बिना, साडा कल्या जी नहीं लगना, साडा कल्या जी नहीं लगना, सजना तेरे बिना, सजना तेरे बिना, सजना तेरे बिना। लो जी, तुसी अफताब ली नहीं, तुसी अपने आप ली वोट पानी है, पंजाबियों नू खास करके अफताब वालों उम्मीद की जा रही है। आवाज़ तुसी सुनी है, कितनी खूबसूरत आवाज़ दा मालिक है, 12 साल दा बच्चा, ते राइजिंग स्टार दे विच जो कि लाइव शो है, वोटां दे जरिए किसी ना किसी बच्चे की या किसी वड्डे की जड़ी है किस्मत तय होंदी है। जिस तरह आफताब की किस्मत पहला पड़ा 95% वोटां नाल इसने पार किया है, तो आने वाले जड़े एपीसोड्स ने लाइव वोटिंग बहुत ज़्यादा मैटर कर दिया है, तो जरूर वोट्स देना इस बच्चे नू, तेनू आपां जिताना जरूर है। पंजाब का बच्चा इन्नी खूबसूरत आवाज़ का मालिक है, राइजिंग स्टार्स के आने वाले जिन्हें भी शो होंगे जिस आफताब नज़र आएंगे, उम्मीद करते हैं कि पूरे पंजाब वासी की पूरा हिंदुस्तान तुहानू वोटां पा के उस मंच का राजा बनावेगा, उम्मीद करते हैं। डेली पोस्ट पंजाबी दी इस खास पेशकश फिलहाल बस इना ही, पिंड दीप सिंह वाला तो सुमन जेटली ते कैमरामैन गगन दी रिपोर्ट, डेली पोस्ट पंजाबी। जे तुहाडे आयल्स विच 6 ईच बैंड ते तुहाडे कोल है कैनेडा विच सेटल होण दा सुनहरी मौका, SDS प्रणाली दे तहत अप्लाई करके तुसी कैनेडा स्टूडेंट वीजा हासिल कर सकते हो। मिलो साडी एक्सपर्ट पिरामिड ई सर्विसेज दी टीम नू, जिन्नू 14 साल अते 25,000 एप्लीकेशन दा तजर्बा है।